ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਤਾਪ ਬਾਜਵਾ ਦੀ ਚੁਣੌਤੀ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੈ। ਬਾਜਵਾ ਨੇ ਸੀਐਮ ਮਾਨ ਨੂੰ ਸਾਹਮਣੇ ਤੋਂ ਚੋਣ ਲੜਨ ਦੀ ਚੁਣੌਤੀ ਦਿੱਤੀ ਸੀ। ਇਸ 'ਤੇ ਆਮ ਆਦਮੀ ਪਾਰਟੀ ਨੇ ਵੀ ਪ੍ਰਤਾਪ ਸਿੰਘ ਬਾਜਵਾ ਨੂੰ ਹੁਣ ਜਵਾਬ ਦਿੱਤਾ ਹੈ। ਉਹ ਭਗਵੰਤ ਮਾਨ ਲੜੇਗਾ ਮੈਂ ਪੱਕਾ। ਜੇ ਭਗਵੰਤ ਵੇਖੋ ਜਿੱਥੋਂ ਤੱਕ ਭਗਵੰਤ ਦੀ ਗੱਲ ਉਹਦਾ ਚੈਲੰਜ ਪੂਰਨ। ਜੇ ਚੀਫ ਮਿਨਿਸਟਰ ਲੜੇਗਾ ਮੈਂ ਉਹਦੇ ਬਰਾਬਰ ਚ ਲੜੂ, ਜੇ ਮੁੱਖ ਮੰਤਰੀ ਨੀ ਲੜੇਗਾ ਫਿਰ ਮੈਂ ਨਹੀਂ ਲੜਨਾ। ਮੈਂ ਵੈਸੇ ਆਪਣਾ ਆਲਰੇਡੀ ਮਨ ਪੰਜਾਬ ਨੂੰ ਦੇ ਦਿੱਤਾ, ਆਪਣੇ ਕਾਡਰ ਨੂੰ ਦੇ ਦਿੱਤਾ, ਆਪਣੀ ਪਾਰਟੀ ਨੂੰ ਦੱਸਿਆ। ਹਾਂ ਜੇ ਭਗਵੰਤ ਲੜਦਾ ਉਹ ਬਕਾਇਦਾ ਤੌਰ ਉਹਦਾ ਚੈਲੰਜ ਜਿਸ ਤਰ੍ਹਾਂ ਹੈ ਸੀ ਉਸ ਤਰ੍ਹਾਂ ਮੈਨੂੰ ਕਬੂਲ ਹੈ ਤੇ ਜਿਹੜੀ ਮਰਜ਼ੀ ਸੀਟ ਤੋਂ ਪੰਜਾਬ ਚ ਜਿੱਥੋਂ ਵੀ ਲੜੇਗਾ। ਬਾਜਵਾ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਮਾਨ ਸਾਹਿਬ ਦੇ ਖਿਲਾਫ ਲੋਕ ਸਭਾ ਦਾ ਇਲੈਕਸ਼ਨ ਲੜੋਗੇ, ਤੁਹਾਨੂੰ ਭੁਲੇਖਾ ਆ, ਤੁਸੀਂ ਭੁੱਲ ਗਏ ਹੋ ਕਿ ਹਜੇ 2 ਸਾਲ ਪਹਿਲਾਂ ਹੀ ਮਾਨ ਸਾਹਿਬ ਦੇ ਜਿਹੜੇ ਸਿਪਾਹੀ ਹੈ ਨਾ, ਸਿਪਾਹੀ ਸੋਲਜਰ ਜਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ, ਉਹਨਾਂ ਨੇ ਤੁਹਾਡੀਆਂ ਗੋਡੜੀਆਂ ਲਵਾਈਆਂ। ਤੁਹਾਡਾ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਚ ਰਾਇਆ, ਤੁਹਾਡਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਹਨੂੰ ਸਾਡੇ ਉਸ ਵਲੰਟੀਅਰ ਨੇ ਮਾਨ ਸਾਹਿਬ ਦੇ ਉਸ ਸਿਪਾਹੀ ਨੇ ਰਾਇਆ ਜਿਹਨੂੰ ਤੁਸੀਂ ਕਹਿੰਦੇ ਸੀ ਕਿਸ ਤਰ੍ਹਾਂ ਦੇ ਇਹ ਨਮੂਨੇ ਆ ਗਏ ਆ, ਕਿਸ ਤਰ੍ਹਾਂ ਦੇ ਇਹ ਆਈਟਮ ਵਿਧਾਨ ਸਭਾ ਚ ਆ ਗਏ ਆ, ਉਗੋ ਕਿਹਨੇ ਤੁਹਾਡੇ ਚੰਨੀ ਨੂੰ ਉਡਾਇਆ। ਆ ਮਨਪ੍ਰੀਤ ਸਿੰਘ ਬਾਦਲ ਬੇਸ਼ੱਕ ਹੁਣ ਭਾਜਪਾ ਚਲੇ ਗਿਆ, ਉਦੋਂ ਤੇ ਕਾਂਗਰਸ ਸੀ, ਇਹਨੂੰ ਵੀ ਅਸੀਂ ਬਠਿੰਡੇ ਤੋਂ ਉਡਾਇਆ। ਤੁਸੀਂ ਨਾਂ ਤੇ ਲੈ ਕੇ ਵੇਖੋ, ਮਾਨ ਸਾਹਿਬ ਦੇ ਸਾਹਮਣੇ ਤੇ ਤੁਹਾਡੀ ਹੈਸੀਅਤ ਹੈ ਨਹੀਂ ਇਲੈਕਸ਼ਨ ਲੜਨ ਦੀ। ਜੇ ਤੁਹਾਡੇ ਦਮ ਹੈ ਨਾ ਤੇ ਮਾਨ ਸਾਹਿਬ ਦੇ ਸਿਪਾਹੀਆਂ ਦੇ ਸਾਹਮਣੇ ਇਲੈਕਸ਼ਨ ਆ ਕੇ ਲੜੋ, ਤੁਹਾਨੂੰ ਪਤਾ ਲੱਗ ਜੂਗਾ। ਦੂਸਰਾ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ, ਆ ਜਿਹੜੇ ਬਾਦਲ ਦਲ ਵਾਲੇ ਵੀ ਆ, ਇਹਨਾਂ ਨੂੰ ਵੀ ਟਿੱਡੀਆਂ ਦਾ ਜ਼ੁਕਾਮ ਹੋਇਆ, ਉਹ ਗੱਲ ਹੋਈ ਆ। ਬਿਕਰਮ ਅਜੀਠੀਆ ਤੁਹਾਡਾ ਹਾਰਿਆ ਸਾਡੇ ਇੱਕ ਵਲੰਟੀਅਰ ਕੁੜੀ ਤੋਂ, ਤੁਹਾਡੇ ਸੁਖਵੀਰ ਸਿੰਘ ਬਾਦਲ ਤੁਹਾਡਾ ਪ੍ਰਧਾਨ ਅਕਾਲੀ ਦਲ ਦਾ, ਕਿਸ ਬੁਰੀ ਤਰ੍ਹਾਂ ਉਹਦੀ ਹਾਰ ਹੋਈ ਆ ਜਲਾਲਾਬਾਦ ਚ, ਭੁੱਲ ਗਏ ਹੋ ਤੁਸੀਂ? ਤੇ ਈਵਨ ਹੁਣ ਬਾਦਲ ਸਾਹਿਬ ਦੁਨੀਆਂ ਚ ਨਹੀਂ ਹੈ, ਉਹਨਾਂ ਨੂੰ ਜਾਂਦੇ ਜਾਂਦੇ ਜੋ ਜਿਸ ਤਰ੍ਹਾਂ ਦੀ ਪ੍ਰਾਸਤ ਦੇਖਣ ਨੂੰ ਮਿਲੀ ਆ ਉਹ ਵੀ ਸਾਰਿਆਂ ਸਾਹਮਣੇ ਆ। ਤੁਹਾਡੇ ਸਟੱਬਰ ਦਾ ਜਿੰਨਾ ਵੀ ਤਾਣਾ ਬਾਣਾ ਸੀਗਾ, ਜਿਹੜਾ ਲਾਣਾ ਦਾਣਾ ਸੀ, ਸਾਰੇ ਤੇ ਹਰਾਏ ਆ ਮਾਨ ਸਾਹਿਬ ਦੇ ਸਿਪਾਹੀਆਂ ਨੇ। ਸੋ ਇਸ ਕਰਕੇ ਇਹ ਜਿਹੜੀ ਡਰਾਮੇਬਾਜ਼ੀ ਕਰ ਬੰਦ ਕਰੋ ਬਾਜਵਾ ਸਾਹਿਬ। ਜੇ ਵਾਕਈ ਹਜੇ ਵੀ ਕੋਈ ਭੁਲੇਖਾ ਆ ਤੇ ਆ ਕੇ ਆਮ ਆਦਮੀ ਪਾਰਟੀ ਦੇ ਮਾਨ ਸਾਹਿਬ ਦੇ ਸਿਪਾਹੀਆਂ ਦੇ ਸਾਹਮਣੇ ਇਲੈਕਸ਼ਨ ਲੜੋ ਤੇ ਪੰਜਾਬ ਦੇ ਲੋਕ ਤੁਹਾਨੂੰ ਦੱਸ ਦੇਣਗੇ।